ਪਕੜਿਆ ਮੈਂ ਕਿਹਾ ਹਾਂ ਉਹੀ ਤਾਂ ਰਾਤ ਨੂੰ ਕੱਲ ਕੁੰਡੀ ਤਾਂ ਲੱਗ ਵੀ ਮਾਕਾ ਮਾਰ ਗਈ ਤੇਰੇ ਮਿੱਤਰਾਂ ਮੁੱਤਰਾਂ ਨੂੰ ਫੋਨ ਕਰਦੇ ਪ੍ਰੈਂਕ ਆ ਹੁਣ ਸਾਰਾ ਵੀਡੀਓ ਬਣਾਉਣ ਦਾ ਹੁਣੇ ਭਾਜੂ ਭੋਲਾ ਸਿੰਘ ਜੀ ਪਹੁੰਚ ਚੁੱਕੇ ਨੇ ਹੁਣ ਦਾ ਪ੍ਰੈਂਕਾ ਹੱਥ ਹੋਰ ਵੀ ਮਿੱਤਰੋ ਕੀ ਹਾਲ ਆ ਤੇ ਨੇ ਬੰਨੋ ਸਸਰੀ ਕਾਲ ਸਾਰਿਆਂ ਨੂੰ ਭਰਾਵਾਂ ਕੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਲਾਈਕ ਤੇ ਸ਼ੇਅਰ ਆ ਦੇਖੋ ਤੀਜੀ ਵਾਰ ਮੋਟਰ ਕੱਢ ਰਿਹਾ ਤਿੰਨ ਦਿਨਾਂ 'ਚ ਰੋਜ਼ ਮੋਟਰ ਕੱਢਦੇ ਇੱਕ ਵਾਰੀ ਹੀ ਮੋਟਰ ਅਤੇ ਪਹਿਲਾਂ ਬਣਾ ਕੇ ਪਾਈ ਦੂਜੇ ਦਿਨ ਤਾਰ ਪੜਾਕਾ ਮਾਰ ਗਿਆ ਨੀਲੀ ਦੀ ਪੇਜ ਦੀ ਅਤੇ ਫਿਰ ਕੱਲ੍ਹ ਪਾਈ ਮੋਟਰ ਅੱਜ ਫਿਰ ਤਾਰ ਪੜਾਕਾ ਮਾਰ ਗਈ ਉਹ ਲਾਈਟ ਆਈ ਅਤੇ ਇੱਧਰ ਕੱਦੂ ਤਿਆਰ ਪਿਆ ਪਾਣੀ ਘੱਟ ਆ ਬਈ ਹਰਾਣੇ ਬੈਠੇ ਨੇ ਕੀ ਯਾਰ ਕੀ ਕਰਾਂਗੇ ਯਾਰ ਇੱਕ ਘਾਟੇ 'ਚ ਘਾਟੇ ਕੰਮ ਖੇਤੀ ਦਾ ਹੁਣ ਦੇਖਦਾ ਹੁਣ ਨਹੀਂ ਪਤਾ ਤਾਰ ਆਊਗੀ 20-25 ਹਜ਼ਾਰ ਦੀ ਤਾਰ ਲੈ ਕੇ ਆਉਣੀ ਤੂੰ ਜਾ ਕੇ ਲਾਈ ਮਿੱਤਰ ਹੁਣ ਆਪਾਂ ਅੱਗੇ 10-15-20 ਹਜ਼ਾਰ ਨੂੰ ਤੇਲ ਦੇਣ ਯਾਨੀ ਕਿ ਹੁਣ ਆਏ ਆਪਾਂ ਤਾਰ ਲੈਣ ਮੋਟਰ ਦੀ ਅਤੇ ਮੋਟਰ ਦੀ ਤਾਰ ਸੜੀ ਹੋਈ ਆ ਸਾਰੀ ਅਤੇ ਤਾਰ ਨਵੀਂ ਪੈ ਰਹੀ ਆ ਪਹਿਲਾਂ ਮੋਟਰ ਬਣਾਈ ਫਿਰ ਤਾਰ ਇੱਕ ਮਿੰਟ ਫੇਸ ਕਰਨ ਲੱਗਾ ਖਰਚਾ ਗਿਆ ਪਹਿਲਾਂ 4 ਵਾਰੀ ਤਾਰ ਲਹੀ ਅਤੇ ਟਰਾਂਸਫਾਰਮ ਛੱਡਿਆ ਮੋਟਰ ਮੱਚੀ ਅਤੇ ਤੀਜੀ ਵਾਰ ਮੋਟਰ ਊਂ ਕੱਢ ਰਿਹਾ ਅੱਜ ਪੜਾਕਾ ਮਾਰ ਜਾਣੀ ਤੀਗੀ ਪਤਾ ਸਮਝ ਨਹੀਂ ਆ ਰਹੀ ਕੀ ਹੋਇਆ ਪਿਆ ਅਤੇ ਫਿਰ ਅੱਜ ਨਵੀਂ ਤਾਰ ਪਾ ਰਹਾਂਗੇ ਦੇਖ ਲਓ 1-1.25 ਲੱਖ ਰੁਪਇਆ ਇਹ ਹੋ ਗਿਆ ਇੱਕ ਸਾਲ ਦਾ ਅਤੇ ਬਾਕੀ ਹੋਰ ਖੇਤੀ ਦਾ ਰੇਹ ਤੇਲ ਸਪਰੇਹਾਂ ਲਾ ਲਓ ਕੀ ਬਚਣਾ ਯਾਰ ਕੁਛ ਨਹੀਂ ਬਚਿਆ ਸਿਸਟਮ ਖਰਾਬ ਕਰਤਾ ਸਾਰਾ ਚਲੋ ਬਾਕੀ ਦਿਖਾਉਣਾ ਤੁਹਾਨੂੰ ਚੱਲ ਕੇ ਖੇਤ ਅੱਗੇ ਅੱਗੇ ਅਤੇ ਕਿੰਨੀਆਂ ਗਰਮੀ ਦੇਖ ਲਓ ਬਾਕੀ ਏ ਸੀ ਲਾਉਣ ਨੂੰ ਵੀ ਜੀ ਨਹੀਂ ਕਰਦਾ ਗੱਡੀ ਚਲੇ ਕਿਉਂਕਿ ਜੇ ਉਹ ਏ ਸੀ ਲਾ ਲਿਆ ਖੇਤ ਜਾ ਕੇ ਉਤਰਨਾ ਪਊਗਾ ਉੱਥੇ ਜਾ ਕੇ ਫਿਰ ਬਾਹਲੀ ਗਰਮੀ ਲੱਗੂ ਉੱਪਰਲਾ ਕੱਲਾ ਹੀ ਸਿਰ ਦੇ ਹੀ ਖੋਲ ਲੈਂਦੇ ਉਹ ਸਿਰ ਖੋਲ ਕੇ ਲਿੱਕੜਦੇ ਦੋ ਦੋ ਮੈਂ ਤਾਂ ਇੱਕ ਪੈਟ ਟੋਟਾ ਖਿਲਾ ਲਿਆ ਫਿਰ ਜਦੋਂ ਦੂਜਾ ਆਇਆ ਪੁੱਠਾ ਆ ਗਿਆ ਇਹਨੂੰ ਅੱਖੀ ਖਰਾਬ ਸੀ ਧਰ ਲਾ ਫੇਰ ਚੱਲ ਦੋ ਨਾੜ ਨੇ ਹੁਣ ਕਹਿ ਦਾਂਗੇ ਪਹਿਲਾਂ ਭਾਂ ਲੈ ਜਰ 5 ਪੈ ਖੋਲ ਰੱਖੇ ਤੈਂ ਉਹ ਆਹ ਇੱਕ ਖੋਲ ਕੇ ਦੋ ਦੋ ਨਿਕਲ ਦਿੰਦੇਗੇ ਕੋਈ ਚੱਕਰਾਂ 'ਚ ਪੈ ਗਈ ਜਾਂ ਨਹੀਂ ਇਹਦਾ ਵਾਲਾ ਫਿਰ अद्धी मिस्त्री ने कढ़ती गर्मी मेरी अज ना मेरा पुराना जा रहा था भी कम ते बड़े बड़े लिया पा ਭੋਲਾ ਸਿੰਘ ਜੀ ਪਹੁੰਚ ਚੁੱਕੇ ਨੇ ਸਿਲੰਡਰ ਸਾਡਾ ਸਿਲੰਡਰ ਹੀ ਪਹੁੰਚ ਗਿਆ ਤੇ ਪਹਿਲਾਂ ਸੀ ਮੈਂ ਤੇ ਭੋਲਾ ਹੁੰਦੇ ਦੇਖ ਲਓ ਉਰੇ ਯਾਰ ਸਾਰੀ ਜ਼ਿੰਦਗੀ ਚੇਂਜ ਹੋ ਗਈ ਮੇਰੀ ਤਾਂ ਜਮੀ ਖਤਮ ਹੋ ਗਈ ਜ਼ਿੰਦਗੀ ਚ ਸਹੀ ਗੱਲ ਆ ਰਿਹਾ ਇੰਨਾ ਵਧੀਆ ਜੀ ਲੱਗਦਾ ਹੁੰਦਾ ਸੀ ਭੋਲੇ ਹੈਲੋ ਕਰੋ ਹਾਏ ਬਾਏ ਖਾਣਾ ਪੀਣਾ ਤਾਂ ਨਹੀਂ ਕੁਛ ਨਾ ਭਾਈ ਅੱਛਾ ਇਹ ਗੇਰਾ ਹੈ ਸਾਨੂੰ ਅੱਗੇ ਪਿੱਛੇ ਆ ਜੀ ਖਿਜਣ ਦਾ ਹੱਕ ਤਾਂ ਇਹਦੀ ਨਾ ਪਹਿਲਾਂ ਦਾ ਜਿਹੜਾ ਪਟਾ ਚੱਲਦਾ ਸੀ ਕਿਦਾਂ ਉਹਦਾ ਜੋਰ ਟੁੱਟ ਜਾ ਕਰੇ ਕਦੇ ਸਲਾਮ ਵਿਚਲਾ ਟੁੱਟ ਜਾ ਕਰੇ ਕੂਈ ਚ ਉਤਰਨ ਵਾਲਾ ਇਹ ਖਿਜਿਆ ਪਿਆ ਕੂਈ ਚ ਉਤਰ ਉਤਰ ਭੋਲਾ ਕਦੇ ਦੀ ਜੈਂ ਡੋਰੀ ਕੱਚ ਦੇ ਉੱਤਵਾ ਕੇ ਭੋਲਾ ਛੇੜ ਲਿਆ ਉਹਨਾਂ ਨੇ ਕਈ ਫੜ ਕੇ ਉਹਦੇ ਮਾਗਰ ਉਹ ਠੀਕ ਆ ਪਰ ਮੂੰ ਯਾਰ ਭਾਂ ਲਿਆ ਦਿਮਾਗ ਹੀ ਲਿਆਤਾ ਮੇਰੇ ਸਾਹਮਣੇ ਕਦੇ ਲਾ ਦੇ ਆਏ ਆਏ ਉਹ ਦੇਖ ਜਾ ਬੈਟਾ ਦੀ ਗੱਲ ਕਹਿੰਦਾ ਹੁਣ ਕਹਿੰਦਾ ਹੁਣ ਹਿੱਛੇ ਪਾ ਲਓ ਕਹਿੰਦਾ ਜਦੋਂ ਕੁੰਡੀਆਂ ਲਾਏ ਤਾਂ ਕਹਿੰਦਾ ਹਿੱਛਾ ਨਹੀਂ ਪਾਇਆ ਕਹਿੰਦਾ ਅੱਛਾ ਕੀ ਕਰਿਆ ਆਦੀ ਜਾ ਕੇ 3 ਪੈਕਟ ਓਏ ਫਿਰ ਤਾਂ ਅਹੀਂ ਤਾਂ ਲਗਿਆ ਦੀ ਮੇਰਾ ਸਾਲਾ ਇਹ ਵੀ ਗੋਸਲ ਆਏ ਤਾਂ ਕਿ ਦੋ ਬੰਦੇ ਵੀ ਇਹ ਕੰਮ ਚਾਰ ਕਰਦੇ ਆ ਇੱਕ ਇੱਕ ਪੈਕਟ ਲੈ ਗਿਆ ਭੋਲਾ ਘੰਟੇ ਬਾਅਦ ਭੋਲਾ ਮੋੜਨਾ ਪਿਓ ਮੋੜ ਕੇ ਮੈਂ ਚੱਕੀ
तेरा बड़ी का पुट्ठी है ना एक बार मैं डली मारी कहना इट मांगू लगी रवि कोई चो बाहर आके खड़ गया मेरे को मागी हो गया मैं तो जाना कम कुम नहीं मैं कर दवा हो गया कहना इट मारी कहना इट मांगू लग जा डली थले जाके चाबी चिट्टू फलानी मैं भी उत्तर मेरे केरा मड़ी सुरत ज्यादा इथे कुई थी पट्टा खिच के लिया मसा कला कहते कुई जिना डिग जा ਧੂਣੀ ਜੀ ਹੁਣ ਬੜੀ ਘੈਂਟ ਚੀਜ਼ ਆ ਗਈ ਨਹੀਂ ਪਹਿਲਾਂ ਤਾਂ ਖਾਤੀ ਜਾਂਦੇ ਹੁੰਦੇ ਤੇ ਹਨਾ ਭੱਲਿਆ ਪਹਿਲਾਂ ਤਾਂ ਕਰ 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 ਆਈ ਹੋ ਜਾਂਦਾ ਜੀ ਤਾਂ ਹੀ ਫਸ ਰਹੀ ਆ ਉਹਦੇ ਦਰਖਤ 'ਚ ਫਸ ਫਸ ਚੱਲਦਾ ਪਿਆ ਬਾਕੀ ਖੜਾਈ ਜੱਟ ਲਾਈ ਸਿਲੰਡਰ ਜੱਟ ਪੋਲਾ वीडियो यूट्यूब ते पावांगे पहला इन्हीं दा पा दियां तेरियां भाई गर्मी दा बहुत ही अज पर जी भी बहुत लगे पहले इन्ने खाना मारे ने जी लगे ना मैंने गर्मी इन्नी तां भी इंजी कर देनी घरे ना रहना कोई मिठाई खाना नहीं चले जी इतरों मोटर लग गया अपना पा हूँ मोटर पाई हम लाइट बग गई हूँ लाइट आई तो पता लगू मोटर चलावे बाकी रब सुख रखे यार औखा बहुत बड़ा मोटर ने तीन दिन जो पहला हाथ कटा तीन चार दिन बहुत औखे हुए यार तीन दिन लगातार पर अच्छा गर्मी भी मतलब हैगा भी 47-48 टैंपरेचर इन्नी गर्मी से गलत करे धुप एक सौ नहीं थी उदों घंटा धुप ही बैठ रहे होंगे धुप ही कम कर बाकी यार पैसा धेला होर लाटरम फाटरम सारा कम हो रहा गा पैसा ही बहुत लग जाता यार 20,000 का 18,000 का गेट तारते बाकी लेबर लूबर मिस्त्रियों दियाँ होर बहुत जून खराब है यार इन्नी लोड़ है देख ला भाई प्रेसर नहीं खड़ा तड़के का ही मिस्त्री वो काम कर रहा थी मैं मसाले कैंप लिया के हूँ भी भाई पिछे आ गया खड़ा भी काम करता लगे मोटर पहुँचे बहुत जो एक एक दिन च ना मैं और गिनी जाना बैठा चार चार ट्रैक्टर लंघे ने पौनिया पा के चार तीन चार ऐ लंघ रहे ने इन्ना बुरा हाल है जट्टा का कितों यार कम करना बहुत औखा आप कहने खेती पर पुछ बुरा हाल है खेती चलो बाकी दिखाने हम तुम जे लाइट आ गई तो पानी चक्या मोटर का वैसे लाइट मैं लगता नहीं लाइट तो मेरे साथ सवेरी आऊ ना पाया पाया बहन वाले उन्हें जिकरी सुक मड़ोपा उधर तो हो गया जी कद्दू बेचारे वह भी मुड़ गए
ਉਹ ਵੀ ਵਾਪਸ ਵੱਧ ਗਏ ਨੇ ਪਾਣੀ ਭਰੋ ਜੀ ਪਹਿਲਾਂ ਵੱਧਦਾ ਹੁਣ ਪਾਣੀ ਘੱਟ ਆ ਵਾਹਨ ਤੋਂ ਜਿਹੜੀ ਲਾਉਂਦੇ ਨੇ ਨਜ਼ਰ ਹੁਣ ਇੱਥੇ ਤਾਰ ਕੇ ਤਕੇਰਾ ਹੁਣ ਹਲ ਕੱਢ ਕੇ ਝਾਗਾ ਦੁਬਾਰੇ ਲਾਉਣਾ ਪਊ ਤੇ ਆ ਗਿਆ ਬੜਾ ਉਹ ਖੇਤਾਂ 'ਚ ਆ ਦੇਖੋ ਖੇਤਾਂ 'ਚ ਕੀ ਫਿਰਦਾ ਇਹ ਵਿਚਾਰੀ ਕਿੱਧਰੋਂ ਆ ਗਈ ਥੱਕਦੀ ਹਿੰਮਦੀ ਹਵਾਉਂਦੀ ਓਏ ਪਹਿਲੀ ਵਾਰ ਦੇਖਿਆ ਮੇਰੀ ਜਿੰਦ ਸੁਰਤ ਚ ਆਪ ਜਾਨਵਰ ਮੈਂ ਖੇਤਾਂ 'ਚ ਖਾਸ ਕਰਕੇ ਊਂ ਤਾਂ ਰੋਡ 'ਤੇ ਬਥੇਰਾ ਦੇਖਿਆ ਪਾਕਿਸਤਾਨ 'ਚ ਬਹੁਤ ਲੋਕਾਂ ਕੋਲ ਇਹਦੇ ਕੰਮ ਲੈਂਦੇ ਨੇ ਹਲੇ ਵੀ ਚੱਲ ਖਾ ਲੈਣ ਦੋ ਕੱਖ ਚਾਰ ਡਾਲ ਹੈ ਓਏ ਖਾ ਲੈਣ ਦੋ ਕੱਖ ਉਹਨੂੰ ਕੱਖ ਖਾ ਲਾ ਭੈਣੇ ਭਰਿਆ ਪਤਾ ਨਹੀਂ ਕੀ ਹੋਇਆ ਤੇ ਮੈਨੂੰ ਉਹ ਨਹੀਂ ਸਮਝ ਕੀ ਕਾਹਦੀ ਭਰ ਰੱਖੀ ਆ ਵਿਚਾਰੀ ਇੰਨਾ ਵਜਨ ਬਹੁਤ ਵਜਨ ਕਿੱਧਰ ਗਈ ਆ ਤੁਸੀਂ ਦੇਖੋ ਭੁੱਖੀ ਤਾਂ ਹੀ ਫਿਰਦੀ ਆ ਤੇਰੀ ਵਜਨ ਨਾਲ ਭਰ ਰੱਖੀ ਆ ਉਹ ਤੋਂ ਪਤਾ ਨਹੀਂ ਕੀਦੀ ਹੈਗੀ ਖੇਤਾਂ 'ਚ ਆਬੜੀ ਇੱਧਰੋਂ ਆ ਚੱਲਦੀਆਂ ਨੇ ਰੋਡ 'ਤੇ ਇੱਧਰੋਂ ਹੁਣ ਆਪਾਂ ਆ ਗਏ ਤੇ ਘਰੇ ਅਤੇ ਵੱਜ ਗਏ ਨੇ ਰਾਤ ਦੇ ਦਸ ਵੀ ਕੀ ਟਾਈਮ ਸਹੀ ਸੀ ਦੱਸੀ ਦਸ ਵੱਜ ਕੇ ਕਿਆ ਮਿੰਟ ਰਾਤ ਦੇ 10:22 ਹੋ ਗਏ ਅਤੇ ਉਦੋਂ ਬਾਅਦ ਬਲੌਕ ਆਪਾਂ ਤੋਂ ਤਾਂ ਨਹੀਂ ਬਣਿਆ ਕਿਉਂਕਿ ਮੇਰਾ ਫੋਨ ਹੋ ਗਿਆ ਸੀ ਡਾਊਨ ਅਤੇ ਮੈਂ ਪਾਵਰ ਬੈਂਕ 'ਤੇ ਵੀ ਲਾਇਆ ਫਿਰ ਵੀ ਉਹ 2% ਹੀ ਰਿਹਾ ਘੰਟਾ ਲਾ ਕੇ ਰੱਖਿਆ ਫਿਰ ਮੈਂ ਗੱਡੀ 'ਚ ਵੀ ਲਾਇਆ ਫਿਰ ਵੀ ਫੋਨ 2% ਹੀ ਰਿਹਾ ਫਿਰ ਮੈਂ ਘਰ ਆ ਕੇ ਵੀ ਲਾਇਆ ਫੋਨ ਫਿਰ ਵੀ 2% ਹੀ ਰਿਹਾ ਫਿਰ ਮੈਂ ਡਰ ਗਿਆ ਵਾ ਮੇਰਾ ਫੋਨ ਖਰਾਬ ਹੋ ਗਿਆ ਫਿਰ ਜਦੋਂ ਵਿੱਕੀ ਨੇ ਬੰਦ ਕਰਕੇ ਚਾਰਜ 'ਤੇ ਲਾ ਤਾ ਵਾਲੇ ਚਾਰਜ 'ਤੇ ਫਿਰ ਉਹਨੇ 15 ਮਿੰਟਾਂ 'ਚ 75% ਕਰਤਾ ਅਤੇ ਹੁਣ ਆਪਾਂ ਵੀਡੀਓ ਬਣਾਉਣ ਲੱਗ ਗਏ 15 ਮਿੰਟ 10 ਮਿੰਟਾਂ 'ਚ ਕਰਤੇ ਨਾ ਹਾਂ ਤਾਂ 12 ਤੋਂ 10 ਮਿੰਟਾਂ ਦੇ ਵਿੱਚ ਨੇ 75% ਕਰਦਾ ਤਾ ਜਿਹੜਾ ਚਾਰਜਰ 'ਚ ਵੱਡਾ ਉਹ ਪਾਣੀ 32 ਬਣੀ 3300 ਬਣੀ 2100 ਦਾ ਇੱਥੇ ਜੀ ਲਿਆਤੀ ਬਣੀ 2100 ਬਣੀ 3200 ਬਣੀ ਕੰਨੀ ਦਾ ਲਿਆਤੀ ਉਹ ਵਾਲਾ ਚਾਰਜਰ ਅਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅੱਜ ਇੰਨਾ ਹੀ ਬਾਕੀ ਕੱਲ੍ਹ ਨੂੰ ਫੇਰ ਖੇਤ ਆ ਅਤੇ ਕੱਲ੍ਹ ਨੂੰ ਜਿਹੜੀ ਜਿਹੜੀ ਮਹਿਫਲ ਲੱਗੂ ਫੇਰ ਦਿਖਾਊਂ ਤੁਹਾਨੂੰ ਸਾਰਿਆਂ ਨੂੰ ਅਤੇ ਜਿਹੜੀ ਕਿ ਵੀਡੀਓ ਅੱਜ ਬਣ ਵਾਲੀ ਵੱਡੀ ਕੀ ਬਣ ਗਈ 1.5-2 ਘੰਟਿਆਂ ਦੀ ਅਤੇ ਉਹ ਕੱਟ ਕੱਟ ਕੇ ਮੈਨੂੰ ਪੂਰੀ ਹੁਣ ਦੇਖ ਲਓ ਕਿੰਨਾ ਟਾਈਮ ਲੱਗੂ 20 ਮਿੰਟਾਂ 'ਤੇ ਜਾਂ 10 ਮਿੰਟਾਂ 'ਤੇ ਲਿਆਉਣੀ ਪਊਗੀ ਅਤੇ ਬਾਕੀ ਵੀਡੀਓ ਕਰ ਦਿਓ ਸ਼ੇਅਰ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਅਗਲੇ ਵਲੌਗ 'ਚ।